ਮਰ ਚੱਲਿਆ ਵੇ ਤੇਰੀ ਨਾਰ ਚੰਨ ਵੇ ਗਮ ਨਾਲ ਹੋ ਗਿਆ ਬਖਾਰ ਚੰਨ ਵੇ ਕੱਟ ਗਈ ਹਸਲ ਮੈਥੋਂ ਤੋਰ ਨਹੀਂ ਹੁੰਦਾ ਦੁੱਖਾ ਮੇਰੀਆਂ ਅਣ ਜਾਪੇ ਮੰਜੀ ਮੱਲੀਆ ਵੱਜਦੀ ਏ ਸੋਹਣਿਆ ਬਚਾਲ ਮੇਰੀ ਜਾਨ ਲੱਡ ਤੇਰੀ ਦੁਨੀਆ ਤੋਂ ਤੋਰ ਚੱਲਿਆ ਵੱਜਦੀ ਏ ਸੋਹਣਿਆ ਬਚਾਲ ਮੇਰੀ ਜਾਨ ਲੱਡ ਤੇਰੀ ਦੁਨੀਆ ਤੋਂ ਤੋਰ ਚੱਲਿਆ ਮੇਰੀ ਉਮਰ ਕੋਈ 6 ਜਾਂ 7 ਸਾਲ ਸੀ ਉਸ ਟਾਈਮ ਮੇਲਿਆਂ ਦੇ ਵਿੱਚ ਕਿਤਾਬਾਂ ਵਿਕਿਆ ਕਰਦੀਆਂ ਸੀ ਚਮਕੀਲੇ ਦੀਆਂ ਵੀ ਬਾਮਰਜੋਤ ਤੇ ਅਮਰ ਸਿੰਘ ਚਮਕੀਲਾ ਉਥੋਂ ਮੇਲੇ ਤੋਂ ਅਸੀਂ ਜਦੋਂ ਜਾਇਆ ਕਰਦੇ ਸੀ ਵੇਖਣ ਵਾਸਤੇ ਮੇਲਾ ਤੇ ਅਸੀਂ ਉਹਨਾਂ ਦੀ ਕਿਤਾਬ ਲੈ ਕੇ ਆਉਂਦੇ ਸੀ ਉਸ ਟਾਈਮ ਉਹਨਾਂ ਦੀ ਜਿਹੜੀ ਕਿਤਾਬ ਸੀ ਜੀਜਾ ਲਕਮਣ ਲੈ ਗੜਵੇ ਵਰਗੀ 99 ਉਹ ਅਸੀਂ ਕਿਤਾਬ ਲੈ ਕੇ ਆਣੀ ਆਣ ਕੇ ਆਪਣੇ ਘਰੇ ਸਾਡੇ ਕੋਲ ਇੱਕ ਏਡੀ ਕਤਾਸੀ ਕਹਿੰਦੇ ਸੀ ਉਹਨੂੰ ਸਿਲਵਰ ਦੀ ਉਹ ਲੈ ਲੈਣੀ ਤੇ ਬੈਠ ਕੇ ਉਹਦੇ ਨਾਲ ਵਜਾ ਵਜਾ ਕੇ ਗਾਉਣਾ ਹੋ ਸੰਭਲੇ ਸੰਭਲ ਬਾਬਾ ਤਰ ਸੋਣੀ ਸੰਭਲੇ ਸੰਭਲ ਰੱਖ ਪੈਰ ਸੋਣੀ ਮੇਰਾ ਬਕਰੇ ਤੇਰੇ ਉੱਤੇ ਖਰ ਸੋਣੀ ਸੁਖ ਦੁਖ ਕੱਪੜੇ ਸਰੀਰ ਵਾਲੇ ਹੁੰਦੇ ਸਾਰੀ ਜ਼ਿੰਦਗੀ ਨਾਲ ਦੁਖ ਕਦੇ ਜੁੜੇ ਰਹਿੰਦੇ ਆ ਵੇ ਮਨਾ ਤੂ ਕਾਰਨਾ ਤੂ ਘਰ ਦਿਲ ਹੋੜਸਲ ਬੱਕਰੀ ਦੇ ਦੁੱਧ ਨਾਲ ਪੂਰੇ ਹੁੰਦੇ ਆ ਵੇ ਮਨਾ ਤੂ ਕਾਰਨਾ ਤੂ ਘਰ ਦਿਲ ਹੋੜਸਲ ਬੱਕਰੀ ਦੇ ਦੁੱਧ ਨਾਲ ਪੂਰੇ ਹੁੰਦੇ ਆ ਮੈਂ ਗੁਰਦੁਆਰੇ ਕੀਰਤਨ ਵੀ ਕਰ ਲੈਂਦਾ ਸੀ ਮੰਦਰ ਵਿੱਚ ਭਜਨ ਵੀ ਗਾ ਲੈਂਦਾ ਸੀ ਤੇ ਮਸਜਿਦ ਵਿੱਚ ਵੀ ਕਿਉਂਕਿ ਜਿਹੜੇ ਬੰਦੇ ਨੂੰ ਜਿਹੜੇ ਇਨਸਾਨ ਨੂੰ ਕੈਕੀ ਦੀ ਲੈ ਲੱਗੀ ਹੈ ਜਾਂ ਉਹਨੂੰ ਗਾਉਣਾ ਵਜਾਉਣਾ ਆਉਂਦਾ ਹੈ ਤੇ ਉਹਨੂੰ ਤੇ ਜੇ ਤੁਸੀਂ ਕਿਤੇ ਵੀ ਲੈ ਜਾਓ ਤੇ ਉਹ ਜੇ ਕਲਾਕਾਰ ਹੋਊਗਾ ਤੇ ਪ੍ਰੋਪਰ ਗਾ ਲੂਗਾ ਜਿਹੜਾ ਮੇਰੀ ਸੋਚ ਆ ਮੇਰੀ ਸੋਚ ਤੇ ਇਹੀ ਆ ਵੀ ਜਿਹੜੀ ਅੱਜ ਦੀ ਪੀੜ੍ਹੀ ਆ ਨੌਜਵਾਨੀ ਆ ਉਹ ਲੱਚਰ ਗੈਕੀ ਸੁਣਦੀ ਆ ਹਥਿਆਰਾਂ ਵਾਲੇ ਗੀਤ ਸੁਣਦੀ ਆ ਤੇ ਉਹੀ ਉਹ ਜਾ ਕੇ ਕੰਮ ਕਰਨਾ ਦੀ ਕੋਸ਼ਿਸ਼ ਕਰਦੇ ਆ ਵੀ ਕਲਾਕਾਰ ਨੇ ਮੁਸ਼ਾ ਕਿਤਰਾ ਦੀ ਰੱਖਿਆ ਸੀ ਜਾਂ ਕਲਾਕਾਰ ਬਦਮਾਸ਼ ਟਾਇਪ ਸੀ ਜਾਂ ਕਲਾਕਾਰ ਦਾ ਗਾਣਾ ਪਿਸਤਲ ਲੈ ਕੇ ਹੱਥ 'ਚ ਸੀ ਇਹ ਉਹਨਾਂ ਦੇ ਪਿੱਛੇ ਹੀ ਲੱਗਦੇ ਆ ਤੇ ਉਹਨਾਂ ਤੇ ਬਹੁਤ ਮਾੜਾ ਅਸਰ ਹੁੰਦਾ ਉਹ ਨਹੀਂ ਅਸੀਂ ਵੰਡਿਆ ਕਰਾਦੇ ਕਾਕੇ ਆਉਂਦੇ ਬੱਲੀਏ ਨਿੱਤ ਪਟਾਕੇ ਚੜ ਕੇ ਬੋਲਟ ਤੇ ਕਾਲਜ ਜਾਂਦੇ ਚੰਗਾ ਪਾਉਂਦੇ ਚੰਗਾ ਖਾਂਦੇ ਕਿਤੇ ਬੱਲੀਏ ਬੋਲ ਪਗਾਉਂਦੇ ਨਹੀਂ ਅਸ ਗੁੱਤ ਸੌਰੇਦਾਰਾਂ ਦੇ ਨਾ ਸਾਡੇ ਨਾਲ ਕਰੀ ਗਦਾਰੀ ਨਿਕੜਦੇ ਫਟ ਗਦਾਰਾਂ ਦੇ ਇਹ ਵੀ ਇੱਕ ਗੱਲ ਪੁੱਛਣਾ ਚਾਹੁੰਨਾ ਕਿ ਗੀਤ ਆਪ ਲਿਖਦੇ ਹੋ ਕਿੰਨੇ ਕ ਗੀਤ ਜਿਹੜੇ ਅੱਜ ਤੱਕ ਲੈ ਚੁੱਕੇ ਹੋ ਜਾਂ ਕਿਸੇ ਦੇ ਲਿਖੇ ਬੋਲਦੇ ਹੋ ਇੱਕੋ ਗੀਤ ਹਾਲੇ ਤੱਕ ਮੈਂ ਬਾਪੂ ਜੀ ਦਾ ਲਿਆ ਜਿੰਦਾ ਗਜੂ ਗਜੀ ਦਾ ਬਾਕੀ ਸਾਰੇ ਮੇਰੇ ਗੀਤ ਆਪਣੇ ਆ ਤੇ ਇੱਕ ਗੀਤ ਪ੍ਰੀਤ ਪੰਜਾਬੀ ਮਿਊਜ਼ਿਕ ਟਰੈਕਟਰ ਆ ਜਿਨ੍ਹਾਂ ਦਾ ਤੈਥੋਂ ਕਰਕੇ ਕਮਾਈਆਂ ਬਣੇ ਲਾ ਲੇ ਜਟਾ ਐਵੇਂ ਰਹੇ ਖੱਪਦਾ ਵੇ ਤੂੰ ਕੱਤ ਸੋਣਿਆ ਡਰਦਾ ਹਰ ਕੋ ਮੇਰੇ ਤੇ ਸੀ ਮਰਦਾ ਫਿਰ ਪਿਆਰ ਤੇਰੇ ਨਾਲ ਕਰਦਾ ਭਾਵੇਂ ਬੰਦਾ ਹੋਵੇ ਕਰਦਾ ਪਿਆਰ ਤੇਰੇ ਨਾਲ ਪਾਇਆ ਤੇ ਹੁਣ ਸਿਰੇ ਚੜਾਵਾ ਮੈਂ ਮੇਰਾ ਜੀ ਕਰਦਾ ਤੇਰੇ ਬਾਪੂ ਦੀ ਹੁਣ ਨੌ ਬਣ ਚੱਕਾ ਮੈਂ ਮੇਰਾ ਜੀ ਕਰਦਾ ਤੇਰੇ ਬਾਪੂ ਦੀ ਹੁਣ ਨੌ ਬਣ ਚੱਕਾ ਮੈਂ ਸਰੰਤਾਨ ਜ਼ਿਲ੍ਹੇ ਦੇ ਪਿੰਡ ਸ਼ੇਖ ਪਹੁੰਚੇ ਆ ਅੱਜ ਗੱਲ ਕਰਾਂਗੇ ਇੱਕ ਸ਼ੌਂਕ ਦੀ ਕਈਆਂ ਨੂੰ ਕਿਸ ਤਰ੍ਹਾਂ ਦਾ ਸ਼ੌਂਕ ਆ ਕਿਸੇ ਨੂੰ ਕਿਸੇ ਗਾਇਕੀ ਦਾ ਸ਼ੌਂਕ ਆ ਕਿਸੇ ਨੂੰ ਖੇਡਾਂ ਦਾ ਸ਼ੌਂਕ ਆ ਕਿਸੇ ਨੂੰ ਕਬੱਡੀ ਦਾ ਸ਼ੌਂਕ ਆ ਪਰ ਸਾਡੇ ਦਰਸ਼ਕਾਂ ਨੂੰ ਅੱਜ ਅਸੀਂ ਇੱਕ ਵੀਰ ਦੇ ਨਾਲ ਮਿਲਾਵਾਂਗੇ ਕਹਿ ਸਕਦੇ ਆ ਗਾਇਕ ਦੇ ਨਾਲ ਮਿਲਾਵਾਂਗੇ ਤੁਸੀਂ ਵਾਕਿਆ ਕਹੋਗੇ ਵਾਕਈ ਜੇ ਸ਼ੌਂਕ ਹੋਵੇ ਤੇ ਇਸ ਤਰ੍ਹਾਂ ਦਾ ਬਚਪਨ ਤੋਂ ਗਾਉਣ ਦਾ ਸ਼ੌਂਕ ਸੀ ਪਰ ਕਿਸਮਤ ਦੇ ਵਿੱਚ ਫੌਜ ਵਿੱਚ ਭਰਤੀ ਹੋਣਾ ਲਿਖਿਆ ਸੀ ਫੌਜ ਵਿੱਚ ਭਰਤੀ ਹੁੰਦੇ ਨੇ 16-17 ਸਾਲ ਨੌਕਰੀ ਕਰਦੇ ਨੇ ਰਿਟਾਇਰਮੈਂਟ ਤੋਂ ਬਾਅਦ ਆ ਕੇ ਉਹ ਸ਼ੌਂਕ ਫੇਰ ਜਾਗਦਾ ਹੈ ਗਾਇਕੀ ਦਾ 50 ਸਾਲ ਦੀ ਉਮਰ ਹੈ ਪਰ ਅੱਜ ਵੀ YouTube ਤੇ ਗਾਣੇ ਤੁਸੀਂ ਕੱਢ ਸਕਦੇ ਜੇ ਪ੍ਰਗਟ ਸੇਖਾਂ ਵਾਲਾ ਅਕਸਰੀ ਉਹਨਾਂ ਦਾ ਗਾਣਾ ਸੋਸ਼ਲ ਮੀਡੀਆ ਤੇ ਜਾਂ ਟੀਵੀਆਂ ਤੇ ਚੱਲਦਾ ਰਹਿੰਦਾ ਸੀ ਕਿ ਜਿਹੜੇ ਸੱਲ ਜਦੋਂ ਘੜਦੇ ਆ ਤੇ ਬੱਕਰੀ ਦੇ ਦੁੱਧ ਦੇ ਨਾਲ ਪੂਰੇ ਹੁੰਦੇ ਆ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਸਾਰਿਆਂ ਨੂੰ ਪੁੱਛ ਗਏ ਆਪਣੇ ਦਰਸ਼ਕਾਂ ਨੂੰ ਦੱਸਾਂਗੇ ਸਾਡੇ ਨਾਲ ਜੁੜੇ ਰਹੋ ਕਿ ਕਿਦੋਂ ਦਾ ਇਹ ਛੌਂਕ ਕਿੱਥੋਂ ਪਿਆ ਕਿੰਨੂੰ ਵੇਖ ਕੇ ਪਿਆ ਤੇ ਕਿਸ ਤਰ੍ਹਾਂ ਅੱਜ ਜਿਹੜਾ ਇਹ ਛੌਂਕ ਦੁਬਾਰਾ ਜਗ ਪਿਆ ਪੰਜਾਬ న్యూਸ ਤੇ ਤੁਹਾਡਾ ਜੀ ਆਨ ਆਖਦੇ ਆ ਜੀ ਧੰਨਵਾਦ ਜੀ ਸਾਡੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਉਹ ਗਾਣਾ ਜ਼ਰੂਰ ਸੁਣਾਇਓ ਹੈ ਤੇ ਭਵੇਂ ਜੋੜੀ ਦਾ ਹਾਂਜੀ ਜੀ ਪਰ ਉਹ ਸਾਡੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਗੀਤ ਦੀ ਸ਼ੁਰੂਆਤ ਕਰਦੇ ਆਂ ਵੀ ਦੁੱਧ ਦੋ ਬੱਕਰੀ ਦੇ ਸੈਲ ਦੇ ਸੈਲ ਜਿਹੜੇ ਕਿਸ ਤਰ੍ਹਾਂ ਪੂਰੇ ਹੁੰਦੇ ਆ ਠੀਕ ਹੈ ਜੀ ਵੇਖੋ ਜੀ ਪਿੱਛੇ ਜਿਹੜੀ ਇੱਕ ਬਿਮਾਰੀ ਚੱਲੀ ਸੀ 2-3 ਸਾਲ ਹੋ ਗਿਆ ਤੇ ਉਹ ਕਹਿੰਦੇ ਜੀ ਸੈਲ ਘਟ ਗਏ ਤੇ ਉਹ ਗਾਣਾ ਜਿਹੜਾ ਬਾਪੂ ਜੀ ਜਿੰਦਾ ਗਜੂ ਗਜੀ ਉਹਨਾਂ ਨੇ ਮੈਨੂੰ ਲਿਖ ਕੇ ਦਿੱਤਾ ਤੇ ਮੈਂ ਆਪ ਆਪਣੇ ਜ਼ੁਬਾਨੀ ਮੇਰੇ ਨਾਲ ਬੀਬਾ ਪਵਨਪ੍ਰੀਤ ਨੇ ਸਾਥ ਦਿੱਤਾ ਸੋ ਅੱਜ ਉਹ ਮੇਰੇ ਨਾਲ ਨਹੀਂ ਆ ਸਕੇ ਉਹਨਾਂ ਦੀ ਥੋੜਾ ਸਿਹਤ ਖਰਾਬ ਸੀ ਤੇ ਜਿਹੜਾ ਗਾਣਾ ਆयो ਸੱਲ ਬੱਕਰੀ ਤੇ ਦੁੱਧ ਨਾਲ ਪੂਰੇ ਹੁੰਦੇ ਆ ਉਹ ਉਹਨਾਂ ਦੀ ਆਵਾਜ਼ ਵੀ ਮੈਂ ਆਪ ਹੀ ਗਾਵਾਂਗਾ ਤੇ ਆਪਣੀ ਆਵਾਜ਼ ਵੀ ਮੈਂ ਆਪ ਹੀ ਗਾਵਾਂਗਾ ਮਰ ਚੱਲਿਆ ਵੇ ਤੇਰੀ ਨਾਰ ਚੰਨ ਵੇ ਗਮ ਨਾਲ ਹੋ ਗਿਆ ਬੁਖਾਰ ਚੰਨ ਵੇ ਮਰ ਚੱਲਿਆ ਵੇ ਤੇਰੀ ਨਾਰ ਚੰਨ ਵੇ ਗਮ ਨਾਲ ਹੋ ਗਿਆ ਬੁਖਾਰ ਚੰਨ ਵੇ ਕੱਟ ਗਿਆ ਸੱਲ ਮੈਤੋ ਤੋਰ ਨਹੀਂ ਹੁੰਦਾ ਦੁੱਖਾ ਮੇਰੀਆਂ ਜਾਂ ਜਾਪੇ ਮੰਜੀ ਮੱਲੀਆ ਬੱਜਦੀ ਏ ਸੋਹਣਿਆ ਬਚਾਲ ਮੇਰੀ ਜਾਨ ਲੱਡ ਤੇਰੀ ਦੁਨੀਆ ਤੋਂ ਤੁਰ ਚੱਲੀਆ ਬੱਜਦੀ ਏ ਸੋਹਣਿਆ ਬਚਾਲ ਮੇਰੀ ਜਾਨ ਲੱਡ ਤੇਰੀ ਦੁਨੀਆ ਤੋਂ ਤੁਰ ਚੱਲੀਆ ਸੰਭਲੇ ਸੰਭਲ ਪਾਪ ਤਰ ਸੋਣੀਏ ਸੰਭਲੇ ਸੰਭਲ ਰੱਖ ਪੈਰ ਸੋਣੀਏ ਮੇਰਾ ਬਕਰ ਤੇਰੇ ਉੱਤੇ ਖੜ ਸੋਣੀਏ ਸੁਖ ਦੁਖ ਕੱਪੜੇ ਸਰੀਰ ਵਾਲੇ ਹੁੰਦੇ ਸਾਰੇ ਜ਼ਿੰਦਗੀ ਨਾਲ ਦੁਖ ਕਦੇ ਜੁੜੇ ਰਹਿੰਦੇ ਆ ਵੇ ਮਨਾ ਤੂੰ ਕਾਰਨਾ ਤੂੰ ਘਰ ਦਿਲ ਹੌਲਾ ਸੱਲ ਬੱਕਰੀ ਦੇ ਦੁੱਧ ਨਾਲ ਪੂਰੇ ਹੁੰਦੇ ਆ ਵੇ ਮਨਾ ਤੂੰ ਕਾਰਨਾ ਤੂੰ ਘਰ ਦਿਲ ਹੌਲਾ ਸੱਲ ਬੱਕਰੀ ਦੇ ਦੁੱਧ ਨਾਲ ਪੂਰੇ ਹੁੰਦੇ ਆ ਬਹੁਤ ਬਈਆ ਸਾਡੇ ਦਰਸ਼ਕ ਸਾਡੇ ਨਾਲ ਜੁੜੇ ਰਹੋ ਹੋਰ ਵੀ ਬਹੁਤ ਕੁਝ ਸੁਣਾਵਾਂਗੇ ਤੇ ਬਹੁਤ ਕੁਝ ਪੁੱਛਾਂਗੇ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਆਪਣਾ ਨਾਂ ਆਪਣਾ ਪਿੰਡ ਜ਼ਿਲ੍ਹਾ ਦੱਸਿਓ ਜੀ ਪਿਆਰੇ ਦਰਸ਼ਕੋ ਮੇਰਾ ਨਾਂ ਪ੍ਰਗਟ ਸ਼ੇਖਾਵਾਲਾ ਜ਼ਿਲ੍ਹਾ ਤਰਨਤਾਰ ਤਹਿਸੀਲ ਤਰਨਤਾਰ ਕਿਸ ਤਰ੍ਹਾਂ ਜਿਹੜਾ ਸ਼ੁਰੂ ਤੋਂ ਬਚਪਨ ਦਾ ਗਾਉਣ ਦਾ ਸ਼ੌਂਕ ਪਿਆ ਸਭ ਤੋਂ ਪਹਿਲਾਂ ਦੇ ਸਾਡੇ ਦਰਸ਼ਕਾਂ ਨੂੰ ਦੱਸਿਓ ਕਿਹਦੇ ਵੱਲ ਵੇਖ ਕੇ ਤੁਸੀਂ ਇਹ ਗਾਉਣਾ ਸ਼ੁਰੂ ਕੀਤਾ ਕਿੰਨੀ ਉਮਰ ਸੀ ਉਦੋਂ ਉਸ ਟਾਈਮ ਮੇਰੀ ਉਮਰ ਕੋਈ 6 ਜਾਂ 7 ਸਾਲ ਸੀ ਉਸ ਟਾਈਮ ਮੇਲਿਆਂ ਦੇ ਵਿੱਚ ਕਿਤਾਬਾਂ ਵਿਕਿਆ ਕਰਦੀਆਂ ਸੀ ਚਮਕੀਲੇ ਦੀਆਂ ਬੀਬਾ ਮਰਜੋਤ ਤੇ ਅਮਰ ਸਿੰਘ ਚਮਕੀਲਾ ਉਥੋਂ ਮੇਲੇ ਤੋਂ ਅਸੀਂ ਜਦੋਂ ਜਾਇਆ ਕਰਦੇ ਸੀ ਵੇਖਣ ਵਾਸਤੇ ਮੇਲਾ ਤੇ ਅਸੀਂ ਉਹਨਾਂ ਦੀ ਕਿਤਾਬ ਲੈ ਕੇ ਆਉਂਦੇ ਸੀ ਉਸ ਟਾਈਮ ਉਹਨਾਂ ਦੀ ਜਿਹੜੀ ਕਿਤਾਬ ਸੀ ਜੀਜਾ ਲਕਮਣ ਲੈ ਗੜਵੇ ਵਰਗੀ 99 ਉਹ ਅਸੀਂ ਕਿਤਾਬ ਲੈ ਕੇ ਆਉਣੀ ਆਣ ਕੇ ਆਪਣੇ ਘਰੇ ਸਾਡੇ ਕੋਲ ਇੱਕ ਏਡੀ ਕੁਤਾਸੀ ਕਹਿੰਦੇ ਸੀ ਉਹਨੂੰ ਸਿਲਵਰ ਦੀ ਉਹ ਲੈ ਲੈਣੀ ਤੇ ਬੈਠ ਕੇ ਉਹਦੇ ਨਾਲ ਵਜਾ ਵਜਾ ਕੇ ਗਾਉਣਾ ਫਿਰ ਫੌਜ ਵਿੱਚ ਕਿਸ ਤਰ੍ਹਾਂ ਭਰਤੀ ਹੋ ਗਏ ਫਿਰ ਅਸੀਂ ਸੁਫਨਾ ਤੇ ਗਾਉਣ ਦਾ ਸੀ ਵੇਖੋ ਜੀ ਸੁਫਨਾ ਤੇ ਗਾਉਣ ਦਾ ਸੀ ਪਰ ਕਹਿੰਦੇ ਆ ਵੀ ਜਿਹੜਾ ਅੰਜਲ ਹੁੰਦਾ ਜਿੱਥੇ ਲੈ ਕੇ ਜਾਵੇ ਜਾਂ ਜੋ ਕਿਸਮਤ ਚ ਲਿਖਿਆ ਹੁੰਦਾ ਉੱਥੇ ਲੈ ਕੇ ਜਾਵੇ ਮੇਰੀ ਕਿਸਮਤ ਦੇ ਵਿੱਚ ਕੋਈ ਆਰਮੀ ਦੀ ਨੌਕਰੀ ਸੀ 17-18 ਸਾਲ ਤੇ ਇਸ ਕਰਕੇ ਮੈਨੂੰ ਫੌਜ ਦੇ ਵਿੱਚ ਭਰਤੀ ਹੋਣਾ ਪਿਆ ਤੇ ਫੌਜ ਦੀ ਭਰਤੀ ਹੋਣ ਤੋਂ ਬਾਅਦ ਆਣ ਕੇ ਉਹ ਜਿਹੜਾ ਮੇਰਾ ਸ਼ੌਂਕ ਸੀ ਉਹ ਮੈਂ ਬਰਕਰਾਰ ਰੱਖਿਆ ਜਦੋਂ ਫੌਜ ਵਿੱਚ ਭਰਤੀ ਹੋਏ ਤੇ ਉਹਨਾਂ ਨੂੰ ਫੌਜ ਨੂੰ ਜਾ ਕੇ ਜਿਹੜੇ ਸਾਡੇ ਨਾਲ ਫੌਜ ਦੇ ਅਧਿਕਾਰੀ ਹੁੰਦੇ ਆ ਥੱਲੇ ਵੀਰ ਹੁੰਦੇ ਆ ਇਹਨਾਂ ਨੂੰ ਤੁਸੀਂ ਦੱਸਿਆ ਨਹੀਂ ਮੈਨੂੰ ਗਾਉਣਾ ਵੀ ਆ ਤੇ ਉਹਨਾਂ ਨੇ ਕਦੀ ਕਿਹਾ ਨਹੀਂ ਸਾਨੂੰ ਗੀਤ ਸੁਣਾਓ ਹਾਂਜੀ ਹਾਂਜੀ ਉਹਨਾਂ ਨੂੰ ਪਤਾ ਸੀ ਗਾਉਣਾ ਮੈਂ ਗੁਰਦੁਆਰੇ ਕੀਰਤਨ ਵੀ ਕਰ ਲੈਂਦਾ ਸੀ ਮੰਦਰ ਵਿੱਚ ਭਜਨ ਵੀ ਗਾ ਲੈਂਦਾ ਸੀ ਤੇ ਮਸਜਿਦ ਵਿੱਚ ਵੀ ਕਿਉਂਕਿ ਜਿਹੜੇ ਬੰਦੇ ਨੂੰ ਜਿਹੜੇ ਇਨਸਾਨ ਨੂੰ ਗਾਇਕੀ ਦੀ ਲੈ ਲੱਗੀ ਹੈ ਜਾਂ ਉਹਨੂੰ ਗਾਉਣਾ ਵਜਾਉਣਾ ਆਉਂਦਾ ਹੈ ਤੇ ਉਹਨੂੰ ਤੇ ਜੇ ਤੁਸੀਂ ਕਿਤੇ ਵੀ ਲੈ ਜਾਓ ਤੇ ਉਹ ਜੇ ਕਲਾਕਾਰ ਹੋਊਗਾ ਤੇ ਪ੍ਰੋਪਰ ਗਾ ਲਊਗਾ ਅਸੀਂ ਚਾਹਾਂਗੇ ਕਿ ਸਾਡੇ ਦਰਸ਼ਕ ਸਾਡੇ ਨਾਲ ਜੁੜੇ ਰਹਿਣ ਇੱਕ ਗੀਤ ਵਧੀਆ-ਵਧੀਆ ਸੁਣਾਦਗੇ ਅਗਲੀ ਗੱਲ ਆਪਾਂ ਕਰਦੇ ਆਂ ਗੀਤ ਸੋਲੋ ਤੁਹਾਨੂੰ ਮੈਂ ਸੁਣਾਉਣਾ ਮੇਰੀ ਜਿਹੜੀ ਸੋਚ ਆ ਉਹ ਥੋੜੀ ਜੀ ਇਸ ਤਰ੍ਹਾਂ ਦੀ ਹੈ ਕਿ ਜਿਹੜੀ ਅੱਜ ਕੱਲ ਦੀ ਪੀੜ੍ਹੀ ਨੌਜਵਾਨ ਭੈਣਾ ਤੇ ਜਿਹੜੇ ਨੌਜਵਾਨ ਮੁੰਡੇ ਆ ਉਹਨਾਂ ਨੂੰ ਪ੍ਰੇਰਿਤ ਕਰਨ ਦੀ ਹੈ ਬਾਕੀ ਅੱਜ ਕੱਲ ਥੋੜਾ ਜਮਾਨਾ ਹੋਰ ਸਾਈਡ ਨੂੰ ਜਾ ਰਿਹਾ ਤੇ ਪਰ ਸਾਡੀ ਕੋਸ਼ਿਸ਼ ਇਹੋ ਹੀ ਆ ਵੀ ਜਿਹੜਾ ਸਾਡਾ ਗੀਤ ਆ ਉਹ ਤੋਂ ਕੋਈ ਸਿੱਖਿਆ ਲੈ ਸਕੇ ਸਮਝ ਆ ਸਕੇ ਤੇ ਸਾਨੂੰ ਕੋਈ ਕਹਵੇ ਵੀ ਇਸ ਗੀਤ ਦਾ ਕੋਈ ਮਤਲਬ ਹੈ ਜੇ ਤੁਸੀਂ ਗਾਇਆ ਤੇ ਇਹਦਾ ਕੋਈ ਮਤਲਬ ਹੈ ਆਪਣੇ ਆਪ ਵਿੱਚ ਬੜੇ ਸ਼ੇਰੇ ਹੀਰੇ ਕੁਛ ਵੇਖ ਕੇ ਸਿਆਣ ਨਹੀਂ ਤੂੰ ਬਿਲਕੁਲ ਜੀਰੋ ਆਪਣੇ ਆਪ ਵਿੱਚ ਬੜੇ ਸ਼ੇਰੇ ਹੀਰੇ ਕੁਛ ਵੇਖ ਕੇ ਸਿਆਣ ਨਹੀਂ ਤੂੰ ਬਿਲਕੁਲ ਜੀਰੋ ਤੈਨੂੰ ਕਿਹੜੇ ਵੇਲੇ ਸਮਝੀ ਹੋਣੀ ਨੀ ਵੱਡਿਆਂ ਦਾ ਮਾਣ ਰੱਖ ਲੈ ਰੱਖ ਕੁੜੀਏ ਦਪੱਟੇ ਨੂੰ ਸੰਭਾਲ ਕੇ ਨੀ ਇੱਜ਼ਤ ਕਰਾਉਣੀ ਸਿੱਖ ਲੈ ਰੱਖ ਕੁੜੀਏ ਦਪੱਟੇ ਨੂੰ ਸੰਭਾਲ ਕੇ ਨੀ ਇੱਜ਼ਤ ਕਰਾਉਣੀ ਸਿੱਖ ਲੈ ਅਸੀਂ ਵਕਈ ਸਾਡੀ ਨੌਜਵਾਨ ਪੀੜੀ ਕਿਰਾਏ ਪੈ ਚੁੱਕੀ ਆ ਸਾਡੀਆਂ ਭੈਣਾਂ ਵੀ ਸਾਡੇ ਬੱਚੇ ਵੀ ਕਿਉਂਕਿ ਗੀਤ ਦੇ ਵਿੱਚ ਪਰੋਸੇ ਇਹੋ ਜਿਹੇ ਕੁਝ ਜਾਣਦਾ ਹੈ ਕਿ ਨਸ਼ਾ ਛਾਰ ਜੇ ਵਕਈ ਸਾਡੇ ਲੋਕਾਂ ਨੂੰ ਇਸ ਤਰ੍ਹਾਂ ਦੇ ਗਾਇਕਾਂ ਨੂੰ ਗਾਇਕੀ ਲਿਆਉਣ ਦੀ ਲੋੜ ਆ ਤੇ ਸਾਡੀ ਪੰਜਾਬ ਦੀ ਨੌਜਵਾਨੀ ਜਿਹੜੀ ਸਿੱਧੇ ਰਾਹੇ ਪੈ ਸਕੀ ਬਿਲਕੁਲ ਜੀ ਬਿਲਕੁਲ ਜਿਹੜਾ ਮੇਰੀ ਸੋਚ ਆ ਮੇਰੀ ਸੋਚ ਤੇ ਇਹੀ ਆ ਵੀ ਜਿਹੜੀ ਅੱਜ ਦੀ ਪੀੜ੍ਹੀ ਆ ਨੌਜਵਾਨੀ ਆ ਉਹ ਲੱਚਰ ਗਾਇਕੀ ਸੁਣਦੀ ਆ ਹਥਿਆਰਾਂ ਵਾਲੇ ਗੀਤ ਸੁਣਦੀ ਆ ਤੇ ਉਹੀ ਉਹ ਜਾ ਕੇ ਕੰਮ ਕਰਨਾ ਦੀ ਕੋਸ਼ਿਸ਼ ਕਰਦੇ ਆ ਕੀ ਕਲਾਕਾਰ ਨੇ ਮੁਸ਼ਾ ਕਿਤਰਾ ਦੀ ਰੱਖਿਆ ਸੀ ਜਾਂ ਕਲਾਕਾਰ ਬਦਮਾਸ਼ ਟਰੈਪ ਸੀ ਜਾਂ ਕਲਾਕਾਰ ਦਾ ਗਾਣਾ ਪਿਸਤਲ ਲੈ ਕੇ ਹੱਥ 'ਚ ਸੀ ਇਹ ਉਹਨਾਂ ਦੇ ਪਿੱਛੇ ਹੀ ਲੱਗਦੇ ਆ ਤੇ ਉਹਨਾਂ ਤੇ ਬਹੁਤ ਮਾੜਾ ਅਸਰ ਹੁੰਦਾ ਹੈ ਅਸੀਂ ਚਾਹਾਂਗੇ ਕਿ ਇੱਕ ਗੀਤ ਸਾਡੇ ਦਰਸ਼ਕਾਂ ਨੂੰ ਸੋਹਣਾ ਜਿਹਾ ਸੁਣਾਇਆ ਜਾਵੇ ਜਿਹੜਾ ਇਹ ਗੀਤ ਤੁਹਾਨੂੰ ਮੈਂ ਸੁਣਾਉਣ ਲੱਗਾ ਇਹ ਆ ਮੇਰੇ ਵੀਰਾਂ ਵਾਸਤੇ ਆਪਣੇ ਭਾਈਆਂ ਵਾਸਤੇ ਕਿ ਅੱਜ ਕੱਲ ਕਿਸੇ ਦੇ ਵੀ ਸਿਰ ਦੇ ਉੱਤੇ ਵਾਲ ਨਹੀਂ ਹੈਗੇ ਬਹੁਤ ਦੁੱਖ ਦੀ ਗੱਲ ਆ ਬਹੁਤ ਮਾੜੀ ਗੱਲ ਆ ਸੋ ਉਹਨਾਂ ਵਾਸਤੇ ਆ ਕਿ ਜੇਕਰ ਮੈਂ ਭੈਣਾ ਨੂੰ ਇਹ ਸਿੱਖਿਆ ਦੇ ਸਕਦਾ ਕਿ ਰੱਖ ਕੁੜੀਏ ਦੁਪੱਟੇ ਨੂੰ ਸੰਭਾਲ ਕੇ ਇੱਜ਼ਤ ਕਰਾਉਣੀ ਸਿੱਖ ਲੈ ਤੇ ਮੇਰਾ ਫਰਜ਼ ਬਣਦਾ ਕਿ ਮੈਂ ਆਪਣੇ ਵੀਰਾਂ ਵਾਸਤੇ ਵੀ ਕੁਝ ਇਹੋ ਜਿਹਾ 2-4 ਲਾਈਨਾਂ ਗਾਵਾਂ ਕਿ ਉਹਨਾਂ ਨੂੰ ਵੀ ਸੇਧ ਮਿਲ ਸਕੇ ਹੋ ਕਿਹੜੀ ਗੱਲਾਂ ਵੀਰ ਢੁੱਲ ਗਿਓ ਕਿਉਂ ਆਪਣੇ ਗੁਰੂ ਨੂੰ ਭੁੱਲ ਗਿਓ ਕਿਹੜੀ ਗੱਲਾਂ ਵੀਰ ਢੁੱਲ ਗਿਓ ਕਿਉਂ ਆਪਣੇ ਗੁਰੂ ਨੂੰ ਭੁੱਲ ਗਿਓ ਕਿਸੇ ਮਾੜੀ ਸੰਗਤ ਵਿੱਚ ਪੈ ਕੇ ਤੇ ਤੂੰ ਕੌਧੀ ਸਟਕਰਾਰੀ ਆ ਪੱਗੜੀ ਬੰਨਣੀ ਸਿੱਖ ਲੈ ਸੋਹਣਿਆ ਪੱਗਾਂ ਨਾਲ ਸਰਦਾਰੀ ਆ ਪੱਗੜੀ ਬੰਨਣੀ ਸਿੱਖ ਲੈ ਸੋਹਣਿਆ ਪੱਗਾਂ ਨਾਲ ਸਰਦਾਰੀ ਆ ਬਹੁਤ ਵਧੀਆ ਜੀ ਪੱਗ ਦੇ ਨਾਲ ਸਾਨੂੰ ਕਿਤੇ ਵੀ ਜਾ ਕੇ ਦੱਸਣਾ ਨਹੀਂ ਕਿ ਪੈਂਦਾ ਕਿ ਅਸੀਂ ਕਿੱਥੋਂ ਆਏ ਆ ਤੇ ਕੌਣ ਹੁੰਨੇ ਆ ਇਹ ਵੀ ਇੱਕ ਕਹਾਵਤ ਹੈ ਤੇ ਵਾਕਿਆ ਹੀ ਪੱਗ ਦੇ ਨਾਲ ਸਾਨੂੰ ਦੱਸਣਾ ਨਹੀਂ ਪੈਂਦਾ ਕਿ ਇਹ ਕੌਣ ਹੁੰਨੇ ਆ। ਹਾਂਜੀ ਹਾਂਜੀ ਬਿਲਕੁਲ ਜੀ। ਵੇਖੋ ਮੈਂ ਨੌਕਰੀ ਕੀਤੀ ਹੈ ਫੌਜੀ ਦੀ ਤੇ ਇੱਕੋ ਚੀਜ਼ ਵੇਖੀ ਹੈ ਕਿ ਬਾਹਰ ਜਾ ਕੇ ਬਾਹਰ ਜਾ ਕੇ ਜਦੋਂ ਕੋਈ ਕਿਸੇ ਨੂੰ ਬੁਲਾਉਂਦਾ ਨਾ ਉਹਨੂੰ ਕਹਿੰਦੇ ਓਏ ਜੇ ਸਿਰ ਤੇ ਟੋਪੀ ਹੈ ਜਾਂ ਮੋਨਾ ਤਾਂ ਉਹਨੂੰ ਉਹਨੂੰ ਕਹ ਦਿੰਦੇ ਓਏ ਓਰੇ ਆ ਗੱਲ ਸੁਣ। ਜਿਹਦੇ ਸਿਰ ਦੇ ਉੱਤੇ ਪੱਗ ਆ ਉਹਨੂੰ ਸਰਦਾਰ ਜੀ ਹੀ ਕਹਣਗੇ। ਸਰਦਾਰ ਜੀ ਆਇਓ ਸਰਦਾਰ ਜੀ ਗੱਲ ਸੁਣੋ। ਇਹ ਫਰਕ ਹੈ ਜੀ ਪਗੜੀ ਦਾ ਸਾਡੇ ਦਰਸ਼ਕਾਂ ਨੂੰ ਦੱਸਿਓ ਵੀ ਕਿਹੜੇ ਕਿਹੜੇ ਗਾਣੇ ਜਿਹੜੇ ਆ ਤੁਹਾਡੇ YouTube ਤੇ ਚੱਲ ਰਹਾ ਐ ਇਸ ਵਕਤ ਪਿਆਰੇ ਦਰਸ਼ਕੋ YouTube ਚੈਨਲ ਦੇ ਉੱਤੇ ਜਦੋਂ ਤੁਸੀਂ ਪ੍ਰਗਟ ਸ਼ੇਖਾਂ ਵਾਲਾ ਸਰਚ ਕਰੋਗੇ ਤੇ ਮੇਰੇ ਚਾਰ ਡਿਊਟ ਤੇ ਇੱਕ ਸੋਲੋ ਗੀਤ ਆਏਗਾ ਪ੍ਰਗਟ ਸ਼ੇਖਾਂ ਵਾਲਾ ਸਰਚ ਕਰੋ ਤੇ ਗਾਣੇ ਸੁਣ ਕੇ ਆਨੰਦ ਮਾਣੋ ਅਸੀਂ ਇਹ ਵੀ ਇੱਕ ਗੱਲ ਪੁੱਛਣਾ ਚਾਹੁੰਨਾ ਹੈ ਕਿ ਗੀਤ ਆਪ ਲਿਖਦੇ ਹੋ ਕਿੰਨੇ ਕ ਗੀਤ ਜਿਹੜੇ ਅੱਜ ਤੱਕ ਲੈ ਚੁੱਕੇ ਹੋ ਜਾਂ ਕਿਸੇ ਦੇ ਲਿਖੇ ਬੋਲਦੇ ਹੋ ਵੇਖੋ ਜੀ ਇੱਕੋ ਗੀਤ ਹਾਲੇ ਤੱਕ ਮੈਂ ਬਾਪੂ ਜੀ ਦਾ ਲਿਆ ਜਿੰਦਾ ਗਜੂਗਾ ਜੀ ਦਾ ਬਾਕੀ ਸਾਰੇ ਮੇਰੇ ਗੀਤ ਆਪਣੇ ਆ ਤੇ ਇੱਕ ਗੀਤ ਪ੍ਰੀਤ ਪੰਜਾਬੀ 뮤직 ਡਾਇਰੈਕਟਰ ਆ ਜਿਨ੍ਹਾਂ ਦਾ ਤੈਥੋਂ ਕਰਕੇ ਕਮਾਈਆਂ ਬਣੇ ਲਾ ਲੇ ਜਟਾ ਐਵੇਂ ਰਹੇ ਖੱਪਦਾ ਸਰ ਐਹੀ ਚਾਹਵਾਂਗੇ ਸਾਡੇ ਦਰਸ਼ਕਾਂ ਨੂੰ ਉਸ ਗੀਤ ਦੇ ਵੀ ਦੋ ਲਫ਼ਜ਼ ਜਰੂਰ ਸੁਣਾਏ ਜਾਣ ਅੱਤੀ ਰਤੀ ਪਾਣੀ ਲਾਇਆ ਸੱਪਾਂ ਦੇ ਸਿਰ ਮਿੱਤੇ ਤੈਨੂੰ ਖਪਦਾ ਵੇਖ ਵੇਖ ਕੇ ਲੋਕ ਵਜਾਉਂਦੇ ਕਿਤੇ ਤੇਰੀ ਬੰਦ ਕਿਸੇ ਮਤ ਦੇ ਤਾਲੇ ਵੇ ਜਟਾ ਮੇਰੇ ਖਪਦਾ ਤੈਥੋਂ ਪਾਰੇ ਕੇ ਕਮਾਈਆਂ ਬਣੇ ਲਾਲੇ ਵੇ ਜਟਾ ਐਵੇਂ ਰਹੇ ਖਾਪੂ ਦਾ ਤੈਥੋਂ ਪਾਰੇ ਕੇ ਕਮਾਈਆਂ ਬਣੇ ਲਾਲੇ ਵੇ ਜਟਾ ਐਵੇਂ ਰਹੇ ਖਾਪੂ ਦਾ ਓ ਕੜਕਾ ਪਕੀਆਂ ਮੀ ਆ ਗਿਆ ਘੜਿਆ ਕਰੀ ਤਬਾਹੀ ਜੂਵੇ ਨਾਲੋਂ ਰਿਸਕੀ ਹੋਗੀ ਸੱਚੀ ਅਜਤੀਵਾਹੀ ਕੜਕਾ ਪਕੀਆਂ ਮੀ ਆ ਗਿਆ ਘੜਿਆ ਕਰੀ ਤਬਾਹੀ ਜੂਵੇ ਨਾਲੋਂ ਰਿਸਕੀ ਹੋਗੀ ਭਾਵੇਂ ਅਜਤੀਵਾਹੀ ਪੁੱਤ ਜੱਟ ਦੇ ਨੇ ਖੇਤਾ ਵਿੱਚ ਮਾਰੇ ਨਾਨੀ ਹੁਣ ਕਿਥੋਂ ਡੀਸੀ ਲੱਗਣਾ ਜਿਹੜਾ ਆਉਂਦਾ ਓਹੀ ਪਹਿਣਾ ਕੰਮ ਕਰੇ ਨਾਨੀ ਹੁਣ ਕਿਥੋਂ ਡੀਸੀ ਲੱਗਣਾ ਜਿਹੜਾ ਆਉਂਦਾ ਓਹੀ ਪਹਿਣਾ ਕੰਮ ਕਰੇ ਨਾਨੀ ਹੁਣ ਕਿਥੋਂ ਡੀਸੀ ਲੱਗਣਾ ਵਾਕਿਆ ਜੀ ਬਹੁਤ ਵਧੀਆ ਵਾਕਿਆ ਜਿਹੜਾ ਕੰਮ ਕਰਨਾ ਓਹੀ ਕਰਨਾ ਪੈਣਾ ਹੈ ਹੁਣ ਕਿਹੜਾ ਡੀਸੀ ਲੱਗਣਾ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਨੇ ਆ ਕਿ ਫੌਜ ਦੇ ਵਿੱਚ ਦੇਸ਼ ਦੀ ਸੇਵਾ ਕਰਦੀ ਆ ਹੁਣ ਮਨ ਦਾ ਸ਼ੌਂਕ ਜਾਗਿਆ ਫੇਰ ਗੀਤ ਬੋਲ ਰਹੇ ਹੋ ਸਟੇਜ ਤੇ ਵੀ ਜਾਂਦੇ ਹੋ ਕਈਆਂ ਥਾਵਾਂ ਤੇ ਪੰਜਾਬ ਚ ਆਪਣੀ ਗਾਇਕੀ ਦਾ ਲੋਹਾ ਮਨਵਾ ਚੁੱਕੇ ਹੋ ਜਿਤਨਾ ਦੇਸ਼ ਦੀ ਸੇਵਾ ਕੀਤੀ ਹੁਣ ਗਾਇਕੀ ਦੇ ਵਿੱਚ ਸੇਵਾ ਕਰਨ ਦਾ ਕੀ ਮਨ ਬਣਾਇਆ ਹੈ ਕਿ ਵਾਕਈ ਕਿਸੇ ਸਟੇਜ ਤੇ ਫ੍ਰੀ ਗਾਉਣਾ ਹੈ ਜਾਂ ਕਿਸੇ ਦੀ ਸੇਵਾ ਕਰਨੀ ਆ ਕਿ ਮੰਦਰ ਗੁਰਦੁਆਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਵੇਖੋ ਜੀ ਜਿਸ ਤਰ੍ਹਾਂ ਮੈਂ ਦੇਸ਼ ਦੀ ਸੇਵਾ ਕੀਤੀ ਹੈ ਤੇ ਹੁਣ ਮੇਰਾ ਇਹੋ ਮਕਸਦ ਆ ਕਿ ਆਪਾਂ ਸਰੋਤਿਆਂ ਦੀ ਸੇਵਾ ਕਰਨੀ ਆ ਰਹੀ ਗੱਲ ਫਰੀ ਜਾਂ ਪੈਸੇ ਦੀ ਮੈਨੂੰ ਇੱਕ ਸ਼ੌਕ ਸੀ ਕਿ ਮੈਂ ਕਲਾਕਾਰ ਬਣਨਾ ਉਸ ਪ੍ਰਮਾਤਮਾ ਨੇ ਮੈਨੂੰ ਕਲਾਕਾਰ ਬਣਾਇਆ ਤੇ ਮੈਂ ਉਹਨਾਂ ਫਕੀਰਾਂ ਦੇ ਮੇਲਿਆਂ ਤੇ ਜੇ ਤਾਂ ਕੋਈ ਮੈਨੂੰ ਪੈਸੇ ਦੇਊਗਾ ਤਾਂ ਵੀ ਮੈਂ ਜਾਊਗਾ ਜੇ ਮੈਨੂੰ ਪੈਸੇ ਪੇਮੈਂਟ ਨਹੀਂ ਪਰ ਸਕਦੇ ਤੇ ਮੇਰੇ ਸਾਜ਼ੀ ਸਾਊਂਡ ਗੱਡੀ ਦਾ ਜਿਹੜਾ ਥੋੜਾ ਜਿਹਾ ਖਰਚਾ ਉਹ ਦੇ ਕੇ ਮੇਰ ਤੋਂ ਸਟੇਜ ਲਵਾ ਸਕਦੇ ਆ ਹੋਰ ਇੱਕ ਗੱਲ ਇਹ ਆ ਕਿ ਕਈ ਥਾਵਾਂ ਤੇ ਮੇਲੇ ਹੁੰਦੇ ਆ ਫਕਰਾਂ ਫਕੀਰਾਂ ਦੇ ਤੇ ਉੱਥੇ ਉਹਨਾਂ ਦੀ ਚਾਹਤ ਹੁੰਦੀ ਹੈ ਕਿ ਸਾਨੂੰ ਕਲਾਕਾਰ ਚਾਹੀਦਾ ਅਸੀਂ ਕਲਾਕਾਰ ਲਾਉਣਾ ਪਰ ਉਹਨਾਂ ਕੋਲ ਪੈਸਿਆਂ ਦੀ ਘਾਟ ਹੋਣ ਕਾਰਨ ਉਹਨਾਂ ਦੀ ਪਹੁੰਚ ਨਹੀਂ ਪੈਂਦੀ ਸੋ ਮੈਨੂੰ ਫੋਨ ਕਰਕੇ ਕੰਟੈਕਟ ਕਰਨਾ ਮੈਂ ਕਿਸੇ ਨੂੰ ਨਾਰਾਜ਼ ਨਹੀਂ ਕਰਾਂਗਾ ਘੱਟ ਤੋਂ ਘੱਟ ਖਰਚੇ ਵਿੱਚ ਬਿਲਕੁਲ ਵਧੀਆ ਤਰੀਕੇ ਨਾਲ ਆਪਣੀ ਸਟੇਜ ਲਾਵਾਂਗਾ ਤੇ ਜੇਕਰ ਫਿਰ ਵੀ ਕੋਈ ਇਹੋ ਜਿਹੇ ਵੀਰ ਵੀ ਹੈਗੇ ਜਿਨ੍ਹਾਂ ਕੋਲ ਬਿਲਕੁਲ ਨਹੀਂ ਪਹੁੰਚ ਪੈਂਦੀ ਉਹ ਇੱਕ ਵਾਰੀ ਮੈਨੂੰ ਜ਼ਰੂਰ ਫੋਨ ਕਰਕੇ ਮੇਰ ਨਾਲ ਕੰਟੈਕਟ ਕਰਨ ਹੋ ਸਕਿਆ ਤਾਂ ਮੈਂ ਉਹਨਾਂ ਕੋਲੇ ਫ੍ਰੀ ਵੀ ਲਾ ਕੇ ਆਵਾਂਗਾ ਜੀ ਅਸੀਂ ਚਾਹਾਂਗੇ ਕਿ ਇੱਕ ਗੀਤ ਸੁਨਾਇਆ ਜਾਵੇ ਦਰਸ਼ਕਾਂ ਨੂੰ ਫਿਰ ਬਾਅਦ ਵਿੱਚ ਆਪਣਾ ਮੋਬਾਈਲ ਨੰਬਰ ਦੱਸਿਆ ਜਾਵੇ ਕਿ ਵਾਕਈ ਕਿਉਂਕਿ ਕਈ ਪਿੰਡਾਂ ਦੇ ਵਿੱਚ ਗ੍ਰਾਈ ਬਹੁਤ ਘੱਟ ਹੁੰਦੀ ਆ ਫੱਕਰਾਂ ਪੀਰਾਂ ਪਗੰਬਰਾਂ ਦੇ ਮੇਲੇ ਮਨਾਏ ਜਾਂਦੇ ਆ ਚਾਹਤ ਹੁੰਦੀ ਆ ਕਮੇਟੀ ਦੀ ਜਿਹੜੀਆਂ ਕਮੇਟੀਆਂ ਬਣੀਆਂ ਹੁੰਦੀਆਂ ਕਿਸੇ ਗਾਇਕ ਨੂੰ ਬੁਲਾਇਆ ਜਾਵੇ ਪਰ ਉਹ ਪੈਸੇ ਦੀ ਕਮੀ ਹੋਣ ਕਰਕੇ ਗਾਇਕ ਉਥੇ ਨਹੀਂ ਬੁਲਾ ਸਕਦੇ ਇਹ ਵੀ ਬਹੁਤ ਵਧੀਆ ਅਪਰਾਲਾ ਹੈ ਕਿਉਂਕਿ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਇੱਕ ਦੇਸ਼ ਦੀ ਸੇਵਾ ਕੀਤੀ ਆ ਤੇ ਹੁਣ ਗਾਇਕੀ ਵਿੱਚ ਵੀ ਸੇਵਾ ਕਰਨ ਦਾ ਜਜ਼ਬਾ ਹੈ ਇਹ ਵੀ ਇੱਕ ਕਿਸੇ ਕਿਸੇ ਦਾ ਹੁੰਦਾ ਹੈ ਕਿਉਂਕਿ ਪੈਸੇ ਦੇ ਪਿੱਛੇ ਸਾਰੀ ਦੁਨੀਆ ਭੱਜਦੀ ਹੈ ਪਰ ਉਹਨਾਂ ਨੇ ਜਿਵੇਂ ਦੱਸਿਆ ਹੈ ਕਿ ਪੈਨਸ਼ਨ ਮਿਲਦੀ ਆ ਨੌਕਰੀ ਕੀਤੀ ਆ ਵਧੀਆ ਕਿਰਪਾ ਹੈ ਪ੍ਰਮਾਤਮਾ ਦੀ ਪਰ ਇਹਦੇ ਨਾਲ 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 ਗਾਇਕੀ ਦੇ ਵਿੱਚ ਵੀ ਸੇਵਾ ਕੀਤੀ ਜਾਵੇ ਤੇ ਗਾਇਕੀ ਦੇ ਵਿੱਚ ਵੀ ਲੋਹਾ ਬਣਾਇਆ ਜਾਵੇ ਆਹ ਇੱਕ ਗੀਤ ਦਰਸ਼ਕਾਂ ਨੂੰ ਸੁਣਾਉਨੇ ਆ ਜਾਂਦੇ ਆ ਜਾਂਦੇ ਆ ਫਿਰ ਇਹਨਾਂ ਦਾ ਮੋਬਾਈਲ ਨੰਬਰ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਉਹ ਨਹੀਂ ਅਸੀਂ ਵਟਿਆ ਕਰਾਂਦੇ ਕਾਕੇ ਆਉਂਦੇ ਬੱਲੀ ਅਨਿਤ ਪਟਾਕੇ ਚੜ ਕੇ ਬੋਲਟ ਤੇ ਕਾਲਜ ਜਾਂਦੇ ਚੰਗਾ ਪਾਉਂਦੇ ਚੰਗਾ ਖਾਂਦੇ ਕਿਤੇ ਬੱਲੀ ਬੋਲ ਪਗਾਉਂਦੇ ਨਹੀਂ ਅਸੀਂ ਕੁੱਤ ਸਰਦਾਰਾਂ ਦੇ ਨਾ ਸਾਡੇ ਨਾਲ ਕਰੀ ਗਦਾਰੀ ਨਿਕੜਦੇ ਵਟ ਗਦਾਰਾਂ ਦੇ ਨਾ ਸਾਡੇ ਨਾਲ ਕਰੀ ਗਦਾਰੀ ਨਿਕੜਦੇ ਵਟ ਗਡਾਰਾਂ ਦੇ ਵੇ ਤੂੰ ਕੱਤ ਸੁਣਿਆ ਡਰਦਾ ਹਰ ਕੋ ਮੇਰੇ ਤੇ ਸੀ ਮਰਦਾ ਫਿਰ ਪਿਆਰ ਤੇਰੇ ਨਾਲ ਕਰਦਾ ਭਾਵੇਂ ਬੰਦਾ ਹੋਵੇ ਕਰਦਾ ਪਿਆਰ ਤੇਰੇ ਨਾਲ ਪਾਇਆ ਤੇ ਹੁਣ ਸਰੇ ਚੜਾਵਾ ਮੈਂ ਮੇਰਾ ਜ਼ਿਕਰਦਾ ਤੇਰੇ ਬਾਪੂ ਦੀ ਹੁਣ ਨਉ ਬਣ ਜਪਾਵਾਂ ਮੈਂ ਮੇਰਾ ਜ਼ਿਕਰਦਾ ਤੇਰੇ ਬਾਪੂ ਦੀ ਹੁਣ ਨਉ ਬਣ ਜਪਾਵਾਂ ਮੈਂ ਅਸੀਂ ਚਾਹਾਂਗੇ ਸਾਡੇ ਦਰਸ਼ਕਾਂ ਨੂੰ ਆਪਣਾ ਨੰਬਰ ਦੱਸ ਦਿਓ ਤੇ ਉਹਨਾਂ ਨੂੰ ਆਪ ਵੀ ਅਪੀਲ ਕਰਿਓ ਕਿ ਵੱਧ ਤੋਂ ਵੱਧ ਸ਼ੇਅਰ ਕਰਿਓ ਤਾ ਜੋ ਕਿਸੇ ਪੀਰ ਪਗੰਬਰ ਤੇ ਗਉਣ ਦਾ ਮੌਕਾ ਮਿਲ ਸਕੇ ਹਰ ਇੱਕ ਕੋਲ ਵੀਡੀਓ ਪਹੁੰਚ ਜਾਵੇ ਪਿਆਰੇ ਦਰਸ਼ਕੋ ਮੇਰਾ ਫੋਨ ਨੰਬਰ 95926 87373 95926 87373 ਪਿਆਰੇ ਦਰਸ਼ਕੋ ਮੈਂ ਤੁਹਾਡੇ ਨਾਲ ਵਾਦਾ ਕਰਦਾ ਤੁਸੀਂ ਇੱਕ ਵਾਰ ਜਰੂਰ ਮੈਨੂੰ ਸੱਦੋ ਸੱਦ ਕੇ ਵੇਖੋ ਲਾਈਕ ਕਰੋ ਕਮੈਂਟ ਕਰੋ ਮੇਰਾ ਸਾਥ ਦਿਓ ਤੇ ਜਿਹੜਾ ਵੀ ਕੋਈ ਵੀਰ ਭਰਾ ਮੈਨੂੰ ਫੋਨ ਕਰੂਗਾ ਮੈਂ ਆਸ ਕਰਦਾ ਵਾਦਾ ਕਰਦਾ ਕਿ ਉਹਨੂੰ ਮੈਂ ਨਰਾਸ਼ ਨਹੀਂ ਹੋਣ ਦੇਵਾਂਗਾ ਜਿਵੇਂ ਵੀ ਕਰਕੇ ਉਹਦੇ ਸਟੇਜ ਬਾਬੇ ਦੇ ਮੇਲੇ ਤੇ ਮੈਂ ਗਾ ਕੇ ਆਵਾਂਗਾ ਸਾਡੇ ਨਾਲ ਗੱਲਬਾਤ ਕਰ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਤੁਹਾਡਾ ਵੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਅਸੀਂ ਆਪਣੇ ਦਰਸ਼ਕਾਂ ਨੂੰ ਅਪੀਲ ਕਰਾਂਗੇ ਕਿ ਵਾਕਿਆ ਹੀ ਦੱਸਿਓ ਅੱਜ ਕੱਲ ਕੰਪਿਊਟਰ ਦਾ ਯੁੱਗ ਆ ਕੰਪਿਊਟਰ ਦੇ ਯੁੱਗ ਦੇ ਵਿੱਚ ਗਾਉਣਾ ਬੜਾ ਸੌਖਾ ਏ ਪਰ ਹਿੱਕ ਦੇ ਜੋਰ ਨਾਲ ਗਾਉਣਾ ਬੜਾ ਔਖਾ ਏ। ਇਹ ਗਾਇਕ ਹਿੱਕ ਦੇ ਜੋਰ ਨਾਲ ਗਾਉਂਦਾ ਏ ਤੇ ਹਿੱਕ ਦੇ ਜੋਰ ਨਾਲ ਗਾਇਕੀ ਦਾ ਲੋਹਾ ਮਨਵਾਉਣਾ ਚਾਹੁੰਦਾ ਏ। ਉਸ ਵੀਰ ਨੇ ਕਿਹਾ ਏ ਕਿ 16-17 ਸਾਲ ਦੇਖ ਦੀ ਸੇਵਾ ਕੀਤੀ ਆ ਤੇ ਹੁਣ ਗਾਇਕੀ ਦੇ ਵਿੱਚ ਵੀ ਸੇਵਾ ਕਰਨ ਦਾ ਜज्ਬਾ ਏ। ਉਹਨਾਂ ਨੇ ਦੱਸਿਆ ਪ੍ਰਗਟ ਸੇਖਾਂ ਵਾਲਾ YouTube ਤੇ ਖੋਲੋਗੇ ਤੇ ਉਹਨਾਂ ਦੇ ਗੀਤ ਕੈਸਟਾਂ ਸਾਹਮਣੇ ਆ ਜਾਣਗੇ। ਜ਼ਰੂਰ ਸੁਣਿਓ। ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਜਿਹੜਾ ਉਹਨਾਂ ਦਾ ਸੇਵਾ ਦਾ ਜਜ਼ਬਾ ਇਹ ਪੂਰਾ ਹੋ ਸਕੇ ਤੇ ਹਰ ਇੱਕ ਕੋਲ ਵੀਡੀਓ ਪਹੁੰਚ ਸਕੇ ਤੁਸੀਂ ਦੇਖਦੇ ਹੋ ਪੰਜਾਬ న్యూਜ਼ ਮੈਂ ਹਾਂ ਜਸਵੀਰ ਸਿੰਘ ਸ਼ੀਨਾ ਤਰਨਤਾਰਨ